ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ ਤੁਸੀਂ 409 ਭਾਗ ਜਿਹੜੇ ਆ ਉਹ ਵੇਖ ਚੁੱਕੇ ਅਤੇ 410 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਵੇਖਦੇ ਅਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਕਰਦੇ ਹਾਂ ਸਤਿਕਾਰ ਜਗਵੀਰ ਜੀ, ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਜਿਹੜੇ ਨੇ ਗੋਰੇ ਇਤਿਹਾਸ ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਹੀ ਦਿੰਦੇ ਹਨ। ਵੀਰ ਜੀ ਨੂੰ ਜੀ ਆਖਦੇ ਹਾਂ, ਸਵਾਗਤ ਕਰਦੇ ਹਾਂ ਅਤੇ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਘਰ ਦੇ ਕੰਮਾਂ ਕਾਰਾਂ ਵਿੱਚ ਤੁਸੀਂ ਕੋਈ ਐਪੀਸੋਡ ਮਿਸ ਕਰ ਜਾਂਦੇ ਹੋ, ਨਹੀਂ ਦੇਖ ਹੁੰਦਾ, ਪਰ ਤੁਸੀਂ ਦੇਖ ਸਕਦੇ ਹੋ ਯੂਟਿਊਬ 'ਤੇ ਜਾ ਕੇ ਜਿਹੜੇ ਵੀ ਸਾਰੇ ਹੀ ਪ੍ਰੋਗਰਾਮ ਨੂੰ ਤੁਸੀਂ ਲੜੀ ਵਾਰ ਫਿਰ ਦੇਖ ਸਕਦੇ ਹੋ। ਕਿਉਂਕਿ ਕਈ ਵਾਰ ਇੱਕ ਗੱਲ ਦੀ ਸਮਝ ਜਿਹੜੀ ਪੂਰੀ ਤਰ੍ਹਾਂ ਨਹੀਂ ਹੁੰਦੀ, ਜਦੋਂ ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਸੁਣੋਗੇ ਤਾਂ ਉਸ ਗੱਲ ਵਿੱਚੋਂ ਹੋਰ ਮਿਠਾਸ, ਹੋਰ ਖੂਬਸੂਰਤੀ ਜਿਹੜੀ ਆ ਆਪ ਨੂੰ ਸੁਣਨ ਨੂੰ ਮਿਲੇਗੀ। ਵੀਰ ਜੀ, ਪਿਛਲੇ ਐਪੀਸੋਡ ਵਿੱਚ ਤੁਸੀਂ ਦੱਸ ਰਹੇ ਕਿ ਜਦੋਂ ਅਨੰਦਪੁਰ ਸਾਹਿਬ ਸਿੰਘ ਜਿਹੜੇ ਸੀ ਜਿੱਤ ਪ੍ਰਾਪਤ ਕਰਕੇ ਮੁਗਲਾਂ ਨੂੰ ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਹਰਾ ਕੇ ਵਾਪਸ ਆਏ ਸੀ, ਅਤੇ ਉਸ ਸਮੇਂ ਉਸ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਸੁਚੇਤ ਕਰਨ ਵਾਸਤੇ ਦੋ ਤਿੰਨ, ਤੁਸੀਂ ਦੱਸਿਆ ਸੀ ਕਿ ਸਾਖੀਆਂ ਜਿਹੜੀਆਂ ਉਸ ਵਕਤ ਸਤਿਗੁਰੂ ਜੀ ਦੀਆਂ ਉੱਥੇ ਘੜੀਆਂ ਜਿਹੜੀਆਂ ਵਾਪਰੀਆਂ। ਇੱਕ ਤਾਂ ਤੁਸੀਂ ਦੱਸਿਆ ਕਿ ਸ਼ਾਮ ਸਿੰਘ ਜੀ ਨੇ ਸਵਾਲ ਕੀਤਾ ਕਿ ਅਸੀਂ ਇੰਨੇ ਥੋੜ੍ਹੀ ਗਿਣਤੀ ਦੇ ਵਿੱਚ ਅਸੀਂ ਖਾਲਸਾਈ ਰਾਜ ਕਿੱਦਾਂ ਸਥਾਪਿਤ ਕਰ ਸਕਾਂਗੇ, ਅਤੇ ਸਤਿਗੁਰੂ ਜੀ ਨੇ ਤਾਂ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ। ਉਹ ਕੋਈ ਹੋਰ ਜਿਹੜੀ ਦੋ ਇੱਕ ਦੋ ਘਟਨਾਵਾਂ ਜਿਹੜੀਆਂ ਹੋਰ ਘਟੀਆਂ ਜਿਹੜੀਆਂ ਨੇ ਜਿਨ੍ਹਾਂ ਤੋਂ ਕਿ ਸਾਨੂੰ ਅੱਜ ਦੇ ਸਮੇਂ ਵਿੱਚ ਸੇਧ ਮਿਲ ਸਕਦੀ ਹੋਵੇ, ਉਹ ਤੁਸੀਂ ਕੋਸ਼ਿਸ਼ ਕਰੋ ਕਿ ਅੱਜ ਦੇ ਐਪੀਸੋਡ ਵਿੱਚ ਅਸੀਂ ਸੰਗਤਾਂ ਨਾਲ ਸਾਂਝੀ ਕਰ ਸਕੀਏ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਲੜੀ ਜੋੜੀ ਔਰ ਫਿਰ ਉੱਥੇ ਲਿਆਂਦਾ ਜਿੱਥੇ ਆਪਾਂ ਗੱਲ ਛੱਡੀ ਸੀ। ਹਾਂਜੀ, ਕਿਉਂਕਿ ਉਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਵਿਚਰੀਆਂ ਜੀ। ਉੱਚੇ ਮੰਤਵ ਵਾਲੀ ਖਾਲਸੇ ਨੂੰ ਸਤਿਗੁਰ ਤਿਆਰ ਕਰਨਾ ਚਾਹੁੰਦੇ ਸੀ ਉਹਦੀ ਸਿੱਖਿਆ, ਔਰ ਸਿੱਖਿਆ ਦੇਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਹੈ ਨਾ ਜੀ, ਉਹ ਪ੍ਰਸ਼ਨੋਤਰੀ ਵਾਲਾ ਹੈ ਜੀ। ਜੀ, ਪ੍ਰਸ਼ਨੋਤਰੀ ਦਾ ਮਤਲਬ ਹੁੰਦਾ ਕਿ ਇੱਕ ਧਿਰ ਸਵਾਲ ਕਰ ਲਈ ਆ, ਦੂਜਾ ਉਹਦਾ ਉੱਤਰ ਜਵਾਬ, ਪ੍ਰਸ਼ਨੋਤਰੀ। ਹਾਂਜੀ, ਔਰ ਸਤਿਗੁਰ ਨੇ ਇਹ ਤਰੀਕਾ ਗੁਰਬਾਣੀ ਵਿੱਚ ਵੀ ਵਰਤਿਆ ਹੈ। ਜਦੋਂ ਜਪਜੀ ਸਾਹਿਬ ਦੀ ਗੱਲ ਕਰੀਏ ਤਾਂ ਉਦੋਂ ਵੀ ਪਹਿਲਾ ਸਵਾਲ ਖੜਾ ਹੁੰਦਾ ਹੈ ਜੀ, ਕਿਉਂ ਕੂੜੇ ਟੁੱਟੇ ਭਾਲ, ਸਤਿਗੁਰ ਸਵਾਲ ਕਰਦੇ ਨੇ ਅਤੇ ਫਿਰ ਉਹਦਾ ਜਵਾਬ, ਹੁਕਮ ਜਾਰੀ ਚੱਲਣਾ ਨਾਨਕ ਲਿਖਿਆ ਨਾਲ, ਅਤੇ ਫਿਰ ਉਹਦਾ ਸਵਾਲ, ਉਹਦਾ ਜਵਾਬ ਸਾਰਾ ਆ ਵੀ ਕੂੜ ਦੀ ਭਾਲ ਕਿਵੇਂ ਟੁੱਟੇ, ਉਹਦਾ ਸਾਰੇ ਦਾ ਸਾਰਾ ਜਵਾਬ ਜਪਜੀ 'ਚ। ਔਰ ਇਹ ਪੂਰੀ ਪ੍ਰਸ਼ਨੋਤਰੀ ਦੀ ਇੱਕ ਬਾਣੀ ਆ ਸਿੱਧ ਗੋਸ਼ਟ, ਆਪਾਂ ਉਹਦੀ ਸ਼ਾਇਦ ਅੱਗੇ ਵੀ ਕਦੀ ਗੱਲ ਕੀਤੀ ਹੋਵੇ ਕਿ ਉਹਦੇ 'ਚ ਜੋਗੀ ਸਵਾਲ ਕਰਦੇ ਆ ਔਰ ਜੋਗੀਆਂ ਦੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਦਿੰਦੇ ਆ, ਪ੍ਰਸ਼ਨੋਤਰੀ ਆ। ਪਰ ਸਤਿਗੁਰ ਦਾ ਆਪਣਾ ਜੀਵਨ ਜਿਹੜਾ ਇਤਿਹਾਸ, ਜੇ ਸਤਿਗੁਰ ਦਾ ਪੜ੍ਹ ਕੇ ਦੇਖੀਏ ਸਾਰਾ, ਸਤਿਗੁਰ ਦੇ ਗੁਰ ਇਤਿਹਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਤਿਗੁਰ ਦੇ ਵੇਲੇ ਦਾ ਜਿਹੜਾ ਇਤਿਹਾਸ ਉਹ ਪੜ੍ਹ ਕੇ ਦੇਖੀਏ, ਉਹਦੇ ਵਿੱਚ ਵਾਰ ਵਾਰ ਗੁਰਸਿੱਖਾਂ ਨੇ ਸਤਿਗੁਰ ਕੋਲ ਸਵਾਲ ਕੀਤੇ ਹੋਏ ਆ, ਸਤਿਗੁਰ ਨੇ ਉਹਨਾਂ ਦੇ ਜਵਾਬ ਦਿੱਤੇ, ਸਤਿਗੁਰੂ ਜਵਾਬ ਗਿਣ ਮਿਥ ਕੇ ਦਿਆ ਕਰਦੇ ਸੀਗੇ, ਦੀਵਾਨ ਲਾ ਕੇ ਦਿਆ ਕਰਦੇ ਸੀਗੇ ਜੀ। ਔਰ ਉਹਦਾ ਆਪਾਂ ਜ਼ਿਕਰ ਕਰ ਰਿਹਾ ਸੀ ਸਤਿਗੁਰ ਦੇ ਵੇਲੇ ਦਾ, ਕਿ ਜੰਗ ਜਿੱਤਣ ਤੋਂ ਬਾਅਦ ਜਦੋਂ ਵੱਡੀਆਂ ਸੰਗਤਾਂ ਆਉਣ ਲੱਗ ਪਈਆਂ ਅਤੇ ਉਦੋਂ ਸੰਗਤਾਂ ਆਈਆਂ, ਸੰਗਤਾਂ ਨੇ ਸਵਾਲ ਕੀਤੇ ਇਤਿਹਾਸ 'ਚ, ਉਹਨਾਂ ਦਾ ਜ਼ਿਕਰ ਕੀਤਾ ਸਵਾਲਾਂ ਦਾ ਸਤਿਗੁਰ ਦੇ ਜਵਾਬਾਂ ਦਾ ਵੀ, ਅਤੇ ਉਹਨਾਂ ਨੂੰ ਆਪਾਂ ਸਾਂਝੇ ਕਰ ਲਿਆ ਸੀਗੇ। ਭਾਈ ਸ਼ਾਮ ਸਿੰਘ ਦੇ ਸਵਾਲ ਦੀ ਆਪਾਂ ਗੱਲ ਕਰਦੇ ਹਾਂ, ਗੱਲ ਕਹੀ ਸੀ ਵੀ ਸਤਿਗੁਰ ਅਖੀਰ 'ਤੇ ਸ਼ਾਇਦ ਗੱਲ ਕਹੀ ਸੀ ਜੀ ਕਿ ਅਸੀਂ ਬੇਸ਼ੱਕ ਸਰੀਰਕ ਤੌਰ 'ਤੇ ਹੋਈਏ ਨਾ ਹੋਈਏ ਜੀ, ਪਰ ਐਸੀ ਸਰਬਲੋਹ ਦੀ ਛਾਪ ਲਾ ਕੇ ਚੱਲੇ ਹਾਂ ਖਾਲਸੇ ਨੂੰ ਕਿ ਇਸ ਸ਼ਕਤੀ ਦੇ ਨਾਲ ਖਾਲਸਾ ਜਿੱਤ ਬਣ ਕੇ ਵਿਚਰੇਗਾ, ਅਤੇ ਜੇ ਖਾਲਸਾ ਗੁਰੂ ਕਾ ਹੋ ਕੇ ਵਿਚਰੇਗਾ ਤਾਂ ਗੁਰੂ ਹਮੇਸ਼ਾ ਖਾਲਸੇ 'ਚ ਰਹੇਗਾ, ਸਰੀਰਕ ਤੌਰ 'ਤੇ ਹੋਈਏ ਨਾ ਹੋਈਏ, ਪਰ ਜੇ ਖਾਲਸਾ ਗੁਰੂ ਦਾ ਹੋ ਕੇ ਵਿਚਰੇਗਾ ਤਾਂ ਗੁਰੂ ਜ਼ਰੂਰ ਖਾਲਸੇ ਦਾ ਹੋ ਕੇ ਵਿਚਰੇ, ਖਾਲਸੇ ਦੇ ਵਿੱਚ ਵਿਚਰੇਗਾ ਜੀ, ਖਾਲਸੇ ਦੇ ਨਾਲ ਰਹੇਗਾ, ਖਾਲਸੇ ਦੇ ਵਿੱਚ ਰਹੇਗਾ, ਗੁਰੂ ਵੱਖਰਾ ਨਹੀਂ ਹੋਣ ਲੱਗਾ, ਇਹ ਸਤਿਗੁਰ ਨੇ ਗੱਲ ਕਹੀ ਸੀ। ਅਤੇ ਹੁਣ ਸਤਿਗੁਰ ਦੇ ਮੁਖਾਰ ਤੋਂ ਜਦੋਂ ਇਹ ਸ਼ਬਦ ਸੁਣਿਆ, ਖਾਲਸਾ ਜੇ ਸਤਿਗੁਰ ਸਰੀਰਕ ਤੌਰ 'ਤੇ ਨਾ ਹੋਣਗੇ ਜਦੋਂ ਨਾ ਜੀ, ਅਤੇ ਉਦੋਂ ਵੀ ਵਿਚਰਨਗੇ, ਅਤੇ ਕੋਲ ਬੈਠੇ ਭਾਈ ਵੀਰ ਸਿੰਘ ਜਸਵਾਲੀ ਜਿਹੜਾ ਬੜੇ ਧਿਆਨ ਨਾਲ ਸਵਾਲ ਦਾ ਜਵਾਬ ਸੁਣ ਰਿਹਾ ਸੀਗਾ, ਉਹ ਕਹਿੰਦਾ ਸਤਿਗੁਰੂ ਜੀ ਜਦੋਂ ਤੁਸੀਂ ਸਰੀਰਕ ਤੌਰ 'ਤੇ ਨਹੀਂ ਹੋਵੋਗੇ ਫਿਰ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਜੀ। ਬੇਸ਼ੱਕ ਸਵਾਲ ਦਾ ਜਵਾਬ ਪਹਿਲਾਂ ਸਪਸ਼ਟ ਸੀਗਾ, ਹਾਂਜੀ, ਪਰ ਮਨ 'ਚ ਸ਼ੰਕਾ ਆਈ ਵੀ ਸਤਿਗੁਰੂ ਜੀ ਸਰੀਰਕ ਤੌਰ 'ਤੇ ਫਿਰ ਕਿੱਦਾਂ ਦਰਸ਼ਨ ਹੋਣਗੇ ਜੀ। ਦੁਹਰਾ ਕੇ ਗੱਲ ਪੁੱਛਣ ਵਾਲੀ ਗੱਲ ਸੀ, ਇਹ ਸਵਾਲ ਸੀ ਬਾਬਾ ਵੀਰ ਭਾਈ ਵੀਰ ਸਿੰਘ ਜਸਪਾਲੀਏ ਦਾ। ਸਤਿਗੁਰੂ ਜੀ ਨੇ ਫਰਮਾਇਆ ਉਹੀ ਗੱਲ ਜਿਹੜੀ ਪਹਿਲਾਂ ਕਹੀ ਸੀ, ਅਸੀਂ ਖਾਲਸੇ ਦਾ ਰੂਪ ਬਣ ਕੇ ਸਭ ਵਿੱਚ ਵਰਤਾਂਗੇ ਜੀ, ਹੋਵਾਂਗੇ ਖਾਲਸੇ ਦੇ ਰੂਪ 'ਚ, ਪਰ ਵਿਚਰਾਂਗੇ ਸਾਰੇ ਖਾਲਸਿਆਂ ਦੇ ਵਿੱਚ, ਖਾਲਸੇ ਦਾ ਰੂਪ ਬਣ ਕੇ ਸਭ 'ਚ ਵਿਚਰਾਂਗੇ, ਸਾਡੇ ਦਰਸ਼ਨ ਰਹਿਤਵਾਨ ਖਾਲਸੇ ਰਾਹੀਂ ਹੋਣਗੇ ਜੀ। ਜਿਹੜਾ ਰਹਿਤ 'ਚ ਪੂਰਾ ਖਾਲਸਾ ਹੋਏਗਾ, ਰਹਿਤਵੰਤ ਖਾਲਸਾ ਹੋਊਗਾ,
ਉਹਦੇ ਚੋਂ ਸਾਡੇ ਤੁਸੀਂ ਦਰਸ਼ਨ ਕਰ ਸਕੋ ਜੀ ਜੀ ਰਹਿਤਵੰਤ ਖਾਲਸੇ ਸਾਡੇ ਦਰਸ਼ਨ ਹੋਣਗੇ ਸਾਡੇ ਦਰਸ਼ਨ ਗੁਰੂ ਕੇ ਸ਼ਬਦ ਚੋਂ ਵੀ ਹੋਣਗੇ ਜੀ ਤੇ ਸਾਬਤ ਸੂਰਤ ਖਾਲਸੇ ਵਿੱਚੋਂ ਹੋਣਗੇ ਰਹਿਤਵੰਤ ਸਾਬਤ ਸੂਰਤ ਖਾਲਸਾ ਤੇ ਗੁਰੂ ਕਾ ਸ਼ਬਦ ਜਾਣੀ ਗੁਰੂ ਗ੍ਰੰਥ ਸਾਹਿਬ ਗ੍ਰੰਥ ਤੇ ਪੰਥ ਦੋਵਾਂ 'ਚ ਅਸੀਂ ਵਿਚਰਾਂਗੇ ਇਹ ਸਤਿਗੁਰ ਨੇ ਉੱਥੇ ਉਹਨਾਂ ਨੂੰ ਗੱਲ ਕਹੀ ਅਤੇ ਸਤਿਗੁਰ ਦੇ ਦਿਆਲੂ ਅਤੇ ਕਿਰਪਾਲੂ ਇਹ ਰੂਪ ਦੇਖਿਆ ਨਾ ਹਾਂਜੀ ਕਿ ਸਤਿਗੁਰ ਹਰ ਸਵਾਲ ਦਾ ਜਵਾਬ ਬੜਾ ਸਪਸ਼ਟ ਦਿੰਦਾ ਸਤਿਗੁਰ ਜਵਾਬ ਦਿੰਦੇ ਹਮੇਸ਼ਾ ਸਪਸ਼ਟ ਆ ਸਾਡੀ ਸਮਝ ਨਹੀਂ ਆਉਂਦਾ ਉਹ ਸਾਡੀ ਕਮਜ਼ੋਰੀ ਆ ਸਤਿਗੁਰੂ ਹਰ ਗੱਲ 'ਚ ਬੜਾ ਸਪਸ਼ਟ ਹੁੰਦਾ ਔਰ ਜਦੋਂ ਦੇਖਿਆ ਸਿੱਖ ਨੇ ਵੀ ਭਾਈ ਮਦਨ ਸਿੰਘ ਰਾਜਪੂਤ ਉੱਥੇ ਬੈਠਾ ਸੀ ਨਾਲ ਕੋਈ ਸਿੰਘ ਤਾਂ ਇਕੱਲੇ ਥੋੜ੍ਹਾ ਇਕੱਠੇ ਪਿੱਛੇ ਦੀ ਦੀਵਾਨ ਲੱਗੇ ਹੁੰਦੇ ਸੀਗੇ ਭਾਈ ਮਦਨ ਸਿੰਘ ਰਾਜਪੂਤ ਜਿਹੜਾ ਸੀ ਉਹਨੇ ਕਿਹਾ ਸਤਿਗੁਰੂ ਜੀ ਫਿਰ ਸਿੱਖ ਨੂੰ ਖਾਲਸਾ ਹੋ ਕੇ ਵਿਚਰਨਾ ਸਿੱਖ ਨੇ ਰਹਿਤਵੰਤ ਖਾਲਸਾ ਹੋ ਕੇ ਵਿਚਰਨਾ ਸਿੱਖ ਨੇ ਅਤੇ ਉਹਦੀ ਰਹਿਤ ਦੇ ਵਿੱਚ ਕਿਹੜੇ ਕਿਹੜੇ ਧਾਰਮਿਕ ਕਰਮ ਕਾਂਡ ਜਿਹੜੇ ਆ ਜੀ ਉਹ ਖਾਲਸੇ ਨੂੰ ਕਰਨੇ ਪੈਣਗੇ ਅਤੇ ਕਿਹੜੇ ਨਹੀਂ ਕਰਨੇ ਚਾਹੀਦੇ ਇਹ ਵੀ ਦੱਸ ਦਿਓ ਤਾਂ ਕਿ ਰਹਿਤਵੰਤ ਖਾਲਸਾ ਕਿਵੇਂ ਵਿਚਰਨਾ ਆ ਇਹ ਗੱਲ ਜਿਹੜੀ ਸਪਸ਼ਟ ਹੋ ਸਕੇ ਜੀ ਅਤੇ ਸਤਿਗੁਰ ਨੇ ਉੱਥੇ ਸਮਝਾਉਣੀ ਕੀਤੀ ਬੜੀ ਸਪਸ਼ਟ ਜੀ ਸਮਝਾਉਣੀ ਆ ਅਕਾਲ ਪੁਰਖ ਪਰਮਾਤਮਾ ਉੱਤੇ ਭਰੋਸਾ ਰੱਖ ਕੇ ਪਹਿਲੀ ਗੱਲ ਨਾਮ ਜਪਣਾ ਪਹਿਲੀ ਗੱਲ ਆ ਪਹਿਲੀ ਗੱਲ ਅਕਾਲ ਪੁਰਖ ਪਰਮਾਤਮਾ ਉੱਤੇ ਭਰੋਸਾ ਰੱਖ ਕੇ ਨਾਮ ਜਪਣਾ ਪਹਿਲੀ ਗੱਲ ਆ ਔਰ ਉਸ ਗੱਲ ਦਾ ਵਿਸਤਾਰ ਕਰਦੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕੀਤਾ ਗਿਆ ਸਾਰੀ ਬਾਣੀ 'ਚ ਕੀਤਾ ਗਿਆ ਕਿ ਜਿਹੜਾ ਨਾਮ ਜਪਦਾ ਆ ਨਾ ਉਹੀ ਸਿੱਖ ਹੈ ਅਤੇ ਉਹੀ ਖਾਲਸਾ ਹੈ ਨਾਮ ਜਪਣ ਦੀ ਜਿਹੜੀ ਬਿਰਤੀ ਆ ਨਾਮ ਜਪਣ ਕੇ ਜਿਹੜਾ ਜੁੜਨਾ ਆ ਅਕਾਲ ਪੁਰਖ 'ਤੇ ਜਿਹੜਾ ਭਰੋਸਾ ਰੱਖਣਾ ਆ ਕਿ ਅਕਾਲ ਪੁਰਖ ਦੇ ਉੱਤੇ ਜਿਹੜੀ ਸਾਰੀ ਦੀ ਸਾਰੀ ਓਟ ਰੱਖਣੀ ਆ ਇਹੀ ਆ ਇਹੀ ਸਮਰਪਣ ਭਾਵ ਜਿਹੜਾ ਸਿੱਖੀ ਆ ਇੱਕ ਤਾਂ ਇਹ ਪਹਿਲੀ ਗੱਲ ਆ ਅਤੇ ਨਾਲ ਸਤਿਗੁਰ ਨੇ ਫਿਰ ਦੂਜੀ ਗੱਲ ਕਹਿਤੀ ਨਾਮ ਜਪਣ 'ਚ ਸਾਰੇ ਕਰਮਕਾਂਡ ਆ ਜਾਂਦੇ ਆ ਜਪ ਤਪ ਤੀਰਥ ਸ਼ਰਾਧ ਦਾਨ ਆ ਸਾਰੇ ਕਰਮ ਜਿਹੜੇ ਆ ਉਹ ਨਾਮ ਜਪਣ ਦੇ ਵਿੱਚ ਆ ਜਾਂਦੇ ਦੇਖੋ ਸਾਲਸੇ ਦੀ ਸਭ ਤੋਂ ਪਹਿਲੀ ਗੱਲ ਵੀ ਨਾਮ ਜਪਣਾ ਆ ਅਤੇ ਸਭ ਤੋਂ ਆਖਰੀ ਗੱਲ ਵੀ ਨਾਮ ਜਪਣਾ ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਪਹਿਲੂ ਆ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਪਹਿਲੂ ਆ ਸਿੱਖ ਨੇ ਕਿਹੜੇ ਕਹਿੰਦੇ ਕਰਮਕਾਂਡ ਨਹੀਂ ਕਰਨੇ ਚਾਹੀਦੇ ਭਾਈ ਮਦਨ ਸਿੰਘ ਰਾਜਪੂਤ ਨੇ ਪੁੱਛਿਆ ਸਤਿਗੁਰੂ ਨੇ ਕਿਸੇ ਮੜੀ ਮਸਾਣ ਦਾ ਗੌਰ ਦਾ ਮੱਠ ਦਾ ਪੂਜਨ ਨਹੀਂ ਕਰਨਾ ਕਿਸੇ ਮੜੀ ਦਾ ਮਸਾਣ ਦਾ ਗੌਰ ਦਾ ਮੱਠ ਦਾ ਪੂਜਨ ਨਹੀਂ ਕਰਨਾ ਕਿਸੇ ਭੇਖੀ ਨੂੰ ਦਾਨ ਵੀ ਨਹੀਂ ਦੇਣਾ ਜਿਹੜਾ ਇਕੱਲਾ ਭੇਖ ਵਾਲਾ ਬੰਦਾ ਆ ਭੇਖੀ ਉਹਨੂੰ ਦਾਨ ਨਹੀਂ ਦੇਣਾ ਸਿੱਖ ਨੇ ਦਾਨ ਵੀ ਸਿਰਫ ਸਿੱਖ ਨੂੰ ਦੇਣਾ ਸਿੱਖ ਨੂੰ ਦੇਣਾ ਇਹ ਭਾਈਚਾਰਾ ਕਾਇਮ ਰੱਖਣ ਲਈ ਕੌਮ ਕਾਇਮ ਰੱਖ ਲਈ ਕੌਮ ਨੂੰ ਤਾੜਿਆ ਕਰਨ ਦੀ ਗੱਲ ਆ ਸਿੱਖ ਨੇ ਦਾਨ ਵੀ ਸਿਰਫ ਸਿੱਖ ਨੂੰ ਦੇਣਾ ਆ ਗਰੀਬ ਦੀ ਬਾਂਹ ਜ਼ਰੂਰ ਫੜਨੀ ਆ ਲੋੜਵੰਦ ਦੀ ਬਾਂਹ ਜ਼ਰੂਰ ਫੜਨੀ ਆ ਉਹਨੂੰ ਦਾਨ ਨਹੀਂ ਦਿੰਦਾ ਪਰ ਦਾਨ ਸਿੱਖ ਨੇ ਸਿੱਖ ਨੂੰ ਹੀ ਦੇਣਾ ਆ ਪਰ ਗਰੀਬ ਦੀ ਬਾਂਹ ਜ਼ਰੂਰ ਫੜਨੀ ਮਜ਼ਲੂਮ ਦੀ ਬਾਂਹ ਜ਼ਰੂਰ ਫੜਨੀ ਆ ਪਰ ਉਹਨੂੰ ਦਾਨ ਨਹੀਂ ਦਿੰਦਾ ਉਹ ਤੁਹਾਡਾ ਕਰਮ ਆ ਕਿ ਗਰੀਬ ਦੀ ਬਾਂਹ ਫੜਨੀ ਆ ਸਮਰੱਥਾ ਹੋਵੇ ਤਾਂ ਜਿਹੜੇ ਸਿੱਖਾਂ ਕੋਲ ਸਮਰੱਥਾ ਆ ਉਹਨਾਂ ਨੇ ਲੋੜਵੰਦ ਸਿੱਖਾਂ ਦੇ ਕੰਮ ਆਉਣਾ ਪਹਿਲਾਂ ਜਾਣੀ ਕਿ ਹਰ ਭਾਈਚਾਰੇ 'ਚ ਹਰ ਤਰ੍ਹਾਂ ਲੋਕ ਹੁੰਦੇ ਆ ਕਈ ਲੋਕ ਬਹੁਤ ਸਮਰੱਥਾਵਾਨ ਹੁੰਦੇ ਕਈਆਂ ਕੋਲ ਤਾਂ ਲੋੜੋਂ ਜ਼ਿਆਦਾ ਹੁੰਦਾ ਹਾਂਜੀ ਬਿਲਕੁਲ ਬਾਬਾ ਫਰੀਦ ਨੇ ਗੱਲ ਕਹੀ ਨਾ ਕਹਿੰਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਕਿ ਇੱਕ ਨਾ ਕੋਲ ਤਾਂ ਆਪਣੀਆਂ ਲੋੜਾਂ ਨਾਲੋਂ ਜ਼ਿਆਦਾ ਆਟਾ ਆ ਆਟੇ ਦਾ ਮਤਲਬ ਦੁਨੀਆਂ ਦੇ ਧਨ ਪਦਾਰਥ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅਤੇ ਕਈ ਇਹੋ ਜਿਹੇ ਲੋਕ ਆ ਉਹ ਆਟਾ ਮੇਰਾ ਖਿਆਲ ਜਿਹਦੇ 'ਚ ਰੱਖਦੇ ਨਾ ਪਾ ਕੇ ਆਟਾ ਭਾਂਡੇ 'ਤੇ ਪੇੜਾ ਕਰਕੇ ਉਹਦੇ 'ਚ ਸੁੱਕਾ ਕਰਦੇ ਪੇੜੇ ਨੂੰ ਤਾਂ ਕਿ ਉਹਨੂੰ ਉਹਦੀ ਲੈ ਲਿਆ ਜਾ ਸਕੇ ਉਹਨੂੰ ਲਾਉਣ ਕਹਿੰਦੇ ਆ ਮੈਂ ਗਲਤ ਨਹੀਂ ਉਹਨੇ ਕਹਿੰਦੇ ਲਾਉਣ ਉਹ ਉਦੋਂ ਦੀ ਬੋਲੀ ਬਾਬਾ ਫਰੀਦ ਦੀ ਬੋਲੀ ਪਾਕ ਭੰਡੇ 'ਚ ਉਹਨੂੰ ਕਹਿੰਦੇ ਲਾਉਣ ਉਹਨੂੰ ਅੱਜ ਕੱਲ੍ਹ ਆਪਾਂ ਧੂੜਾ ਕਹਿ ਦਿੰਦੇ ਅੱਜ ਕੱਲ੍ਹ ਧੂੜਾ ਕਹਿੰਦੇ ਆ ਪਰ ਸ਼ਬਦ ਲਾਉਣ ਉਹਦੇ ਲਈ ਵਰਤਿਆ ਗਿਆ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲਾਉਣ ਦੂਜਿਆਂ ਕੋਲ ਲਾਉਣ ਵੀ ਨਹੀਂ ਹੈ ਸੰਸਾਰ ਵਿੱਚ ਇਸ ਤਰ੍ਹਾਂ ਦੇ ਲੋਕ ਹੈ ਕਿਸੇ ਨੇ ਵੀ ਅਰਥ ਕੀਤੇ ਕਿ ਮੈਂ ਇੱਕ ਪੜ੍ਹ ਰਿਹਾ ਸੀਗਾ ਉਹਨੇ ਕਿਹਾ ਵੀ ਇੱਕ ਨਾ ਆਟਾ ਇੱਕ ਨਾ ਕੋਲ ਤਾਂ ਆਟਾ ਬਹੁਤ ਜ਼ਿਆਦਾ ਆ ਅਤੇ ਆਟੇ ਨਾਲ ਜੁਲਦੀ ਦੁਨੀਆਂ ਦੇ ਪਦਾਰਥਾਂ ਦੀ ਮਿਲਦੀ ਦੂਜੀ ਗੱਲ ਹੈਗੀ ਆ ਲੂਣ ਉਹ ਕਹਿੰਦੇ ਇੱਕ ਨਾ ਕੋਲ ਲੂਣ ਜਿੰਨਾ ਵੀ ਨਹੀਂ ਇੱਕ ਨਾ ਹੀ ਲੂਣ ਲੂਣ ਜਿੰਨਾ ਵੀ ਨਹੀਂ ਲੂਣ ਵੀ ਨਹੀਂ ਇੱਕ ਨਾ ਨੂੰ ਕੋਲ ਤਾਂ ਆਟਾ ਬਹੁਤ ਜ਼ਿਆਦਾ ਧਨ ਪਦਾਰਥ ਇੰਨੇ ਜ਼ਿਆਦਾ ਆ ਪਰ ਇੱਕ ਨਾ ਕੋਲ ਲੂਣ ਵੀ ਨਹੀਂ ਗੱਲ ਸਮਝ ਹੁੰਦੀ ਆ ਕਿ ਇੱਕ ਨਾ ਕੋਲ ਤਾਂ ਬਹੁਤ ਜ਼ਿਆਦਾ ਆ ਦੂਜਿਆਂ ਕੋਲ ਲੋੜ ਗੋਚਰਾ ਵੀ ਨਹੀਂ ਥੋੜ੍ਹਾ ਵੀ ਨਹੀਂ ਪਰ ਅੱਗੇ ਗਿਆ ਸੁਝਾਵ ਸਨ ਝੂਟਾਂ ਖਾਸੀ ਕੌਣ ਭਵਿੱਖੇ ਜਾ ਕੇ ਪਤਾ ਲੱਗੂਗਾ ਕੁੱਟ ਕਿਹਨੂੰ ਪੈਣੀ ਆ ਜਿਹਨੇ ਦੂਜਿਆਂ ਦੇ ਹੱਕ ਮਾਰ ਕੇ ਇਕੱਠਾ ਕੀਤਾ ਆ ਕੁੱਟ ਉਹਨੂੰ ਪੈਣੀ ਆ ਜਿਹੜਾ ਜਿਹਨੇ ਇੱਥੇ ਹੀ ਮਾਰ ਬਹੁਤ ਸਾਰੀ ਖਾ ਲਈ ਉਹਨੂੰ ਕਾਹਦੀ ਕੁੱਟ ਉਹਨੂੰ ਤਾਂ ਕਿਸੇ ਦਾ ਖਾਧਾ ਹੀ ਨਹੀਂ ਉਹਨੂੰ ਕਾਹਦੀ ਕੁੱਟ ਪਰ ਜਿਹਨੇ ਕਿਸੇ ਦੇ ਹੱਕ ਮਾਰ ਮਾਰ ਕੇ ਖਾਧਾ ਹੋਇਆ ਆ ਕੁੱਟ ਉਹਨੂੰ ਪੈਣੀ ਆ ਅਤੇ ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਆ
कि जे तुहाडे कोल तुहाडी समर्था तो ज़्यादा तुहाडी लोड तुहाडे कोल समर्था है तुहाडे कोल ज़्यादा है तो फिर तुसी लोड़वंद सिख की बाँह जरूर फड़नी सीख जी जी समर्थावान सिख रहे। और सतगुरु की शब्दावली जी ना साढ़े पुराने लेखकों की क्या कमाल दी आ कि समर्थावान सिख रहे लोड़वंद सिख की बाँह जरूर फड़नी आ और लोड़वंद सिख के कम आना आ लड़की सिख ने सिख नूं ही देनी आ रिश्तेदार सिखा सिखा वाली होनी चाहिए आ ये भी भाईचारा कायम रखने की गल सी सांझ सब ना रखनी आ जे नाता सिखा सिखा रहने का मतलब नहीं कि सांझ दुनिया ने गवा लैनी आ सांझ सब ना रखनी आ ईरखा किसी नाल नहीं करनी दूजे धर्म वाले किसी भाई ईरखा नहीं करनी हैगी नाता पर सिख नाल ही जोड़ना रिश्ता नाता जिहड़ा सिख दा सिख नाल ही जुड़े पर किसी नाल कोई वैर भाव नहीं किसी नाल ईरखा नहीं किसी नाल किसी नूं कोई नीवा दिखाउण वाली गल नहीं पर सिख ने नाता सिख दे नाल ही जोड़ना आ उहदा पिछे कारण इह आ कि विचारधारा एक होगी तो रिश्ते जिहड़े आ लंबे टाइम निभ सकदे आ जे विचारधारा एक ना होवे विचार एक ना होण ते रिश्ते निभदे नहीं अजकल रिश्ते टुटण दे कारण ज़्यादा पता की हो गया वड्डियां उमरां च बच्चे बच्ची दे विआह हुंदे आ बच्ची की एक वक्री विचारधारा बन जा बनी होंगी आ बच्चे की एक वक्री बनी दी दोनों विचारधारा जुड़दियां ने जो तो नहीं जुड़दियां विचारधारा तो वह लड़ाई पहला द्वंद पैदा होंगे दुचित्ती पैदा होंगी दुविधा पैदा होंगी फिर लड़ाई पैदा होंगी लड़ाई तो बाद पटाके पै जाते हैं। सो ये जी विचारधारा मेरी विचारधारा किसी दूजे नहीं मिलनी कभी भी किसी दूजे की विचारधारा मेरे नहीं मिलनी पर एक तरीका हैगा विचारधारा मिलन का कि असी सारे ही गुरु की दसी विचार से तुर पईए तो फिर विचारधारा एक हो जूगी जो सारे ही गुरु की दसी विचार से तुरंगे साडा खाना पीना पहनना बैठना उठना साडी खुराक पोशाक सारा कुछ गुरु के मुताबिक हो जाए तो फिर सारे विचार एक जहा हो जाने तो फिर विचारों से मतभेद भी नहीं रहना रिश्तों से टुट भज भी नहीं रहना जी जी ये तरीका सतगुरु दस सिख ने सिखना नाता जोड़न का मतलब ये भी आ कि रिश्ते निभ जा नाता सिख नाल ही जोड़ना आ पर सांझ सब नाल रखनी आ ईरखा किसी नाल नहीं करनी द्वैख भाव किसी नाल नहीं करना सिख ने जपजी जाप सवैया चपई तो आनंद साहब का नितनेम दियां दा पाठियां दा बाणियां दा पाठ रोज़ नेम नाल सवेरे वेले करना शाम नूं सोधर सोबरख तो सोले का जाप सौन लग्या जरूर करना आ ये सतगुरु ने समझाउणी कीती आ भी रहतवंत सिख ने की करना करना की आ नितनेम करना बाणी पढ़नी आ बाणी विचारनी आ नाम सिमरन करना नाम जपण दी गल सब तो पहलां कही आ नाम सब तो पहला आ सिमरन दे नाल सेवा भी करनी आ संसार दे विच विचरण दे लई नाता सिख का सिख के नाल ही जोड़ना आ पर ईरखा किसी नाल नहीं करनी विरोध किसी नाल नहीं करना ईरखा किसी नाल नहीं करनी किसी नूं नीवा दिखाउण दी कोशिश नहीं करनी पर नाता सिख ने सिख नाल ही जोड़ना आ और सिख सिखरी जी एक होर सतगुरु ने नितनेम करना आ तो सिख सिखरी नूं चाहिए मिल के घर च बैठ के गुरमत प्रथाए चर्चा विचार चर्चा जरूर करना जी बच्चों नाल बिठाउण हाँ जी तो उहदा फायदा की होगा जो तुसीं घर च गुरमत प्रथाए चर्चा करोगे गुरबाणी विचारोगे इतिहास विचारोगे सुनोगे समझोगे बच्चों नाल बिठाओगे बच्चों नूं दिमाग दे विच जिहड़ा अपने आप महारा गुरमत का ज्ञान होगा ये कम करना आ ये करना क्यों आ बाणी पढ़नी आप जी बाणी नाल जुड़ना आ इतिहास पढ़ना भी आ विचारना भी आ अपने बच्चों नूं इतिहास दसना भी आ गुरबाणी की संथ्या भी दवानी आ ये सिख दे करना क्यों आ सतगुरु ने तू पितरी दिन उतारना अपना हर संभव यतन करना कि पितरी दिन उतार लवे पितरी दिन साढ़े तक की आ हुण असी जम्मे आ पले आ जवान होए आ साढ़े माँ बाप ने सानू एक सिक्ख्या दित्ती आ सानू संसार दे विच विचरन जोगे बनाया आ सानू गुरमत की सिक्ख्या दे के विचरन जोगे बनाया कि असी गुरु के मार्ग से चलना जे असी साढ़े माँ बाप ने सानू अपने इस रस्ते से तोरिया आ साढ़े तो माँ बाप का एक तरह का कर्जा तो पितरी ऋण ता उतरना आ जे तुम अपनी औलाद न उस तरह उदा सिक्ख्या सिक्ख्या जी दादे पड़दादे वाली सिक्ख्या सिक्ख्या दे के तोरोगे गाणू फिर ता पितरी ऋण उतरना सो सिख ने पितरी ऋण उतारन लई हर संभव यतन करना आ ते उदरी नाम जरूर जपना गुरबाणी की एक पंक्ति मैंने याद आई सतगुरु कहिंदे पितर नहीं मनाने श्राद्ध नहीं करने पर पितरी ऋण उतारना तो पितरां का पार उतारा ता होना जो पितरी ऋण उतारेगा नहीं तो पितरां नूं फिकर पैना श्राद्ध नहीं करने पितर नहीं मनाने
ਬਿਪਰ ਨਹੀਂ ਪੂਜਣੇ ਉਹਨਾਂ ਦੇ ਪ੍ਰਥਾਏ ਕੋਈ ਦੀਵਾ ਵੱਟੀ ਨਹੀਂ ਕਰਨਾ ਪਰ ਫਿਰ ਕਰਨਾ ਕੀ ਆ ਗੁਰਬਾਣੀ ਦੀ ਗੱਲ ਕਹੀ ਆ ਬੜੀ ਪਿਆਰੀ ਪਿਆਰੀ ਮੈਂ ਇੱਕ ਪੰਕਤੀ 'ਚ ਗੱਲ ਕਹਿ ਦਿਆਂ ਗੱਲ ਕਹਿਣੀ ਸੌਖੀ ਹੋ ਜੀ ਸੋ ਹਰ ਹਰ ਤੁਮ ਸਦ ਹੀ ਜਾਪੋ ਜਿਤ ਪਿਤਰੀ ਹੋਏ ਉਹਦਾ ਸ਼ਬਦ ਆ ਬੜਾ ਪਿਆਰਾ ਆਮ ਪੜਿਆ ਜਾਂਦਾ ਹੈ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਲੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਉਹਦੀ ਇੱਕ ਪੰਕਤੀ ਇਹ ਕਿ ਸੋ ਹਰ ਹਰ ਤੁਮ ਸਦ ਹੀ ਜਾਪੋ ਜਿਤ ਪਿਤਰੀ ਹੋਏ ਆਧਾਰੋ ਉਹ ਪਰਮਾਤਮਾ ਸਦਾ ਜਪਦੇ ਰਹਿਣਾ ਔਰ ਨਾਮ ਹਮੇਸ਼ਾ ਜਪਦੇ ਰਹਿਣਾ ਜਿਹਦੇ ਜਪਿਆ ਪਿੱਤਰਾਂ ਦਾ ਵੀ ਉਧਾਰ ਹੁੰਦਾ ਆ ਸੋ ਪਿਤਰੀ ਰਹਿਣ ਉਤਾਰਨ ਦਾ ਵੀ ਤਰੀਕਾ ਆ ਸਤਿਗੁਰੂ ਕਹਿੰਦੇ ਨਾਮ ਜਪਣਾ ਪਹਿਲੀ ਗੱਲ ਇਹ ਗੱਲ ਕਹੀ ਆ ਪਰ ਨਾਲ ਨਾਲ ਬੱਚਿਆਂ ਨੂੰ ਜੋੜਨਾ ਸਿੱਖੀ ਨਾਲ ਬੱਚਿਆਂ ਨੂੰ ਜੋੜਨਾ ਇਤਿਹਾਸ ਨਾਲ ਬੱਚਿਆਂ ਨੂੰ ਜੋੜਨਾ ਗੁਰਮਤ ਨਾਲ ਇਹ ਵੀ ਸਾਡੇ ਉੱਤੇ ਇੱਕ ਪਿਤਰੀ ਰਹਿਣਾ ਕਿਉਂਕਿ ਸਾਡੇ ਮਾਂ ਬਾਪ ਨੇ ਸਾਨੂੰ ਜੋੜਿਆ ਆ ਇਹ ਦਿਨ ਸਾਡੇ ਉੱਤੇ ਆ ਕਰਜ਼ਾ ਸਾਡੇ ਉੱਤੇ ਆ ਉਹ ਤਾਂ ਲੱਥੇਗਾ ਜੇ ਅਸੀਂ ਬੱਚਿਆਂ ਨੂੰ ਗਾਂ ਜੋੜਾਂਗੇ ਔਰ ਇੱਕ ਗੱਲ ਹੋਰ ਸਤਿਗੁਰੂ ਕਹਿੰਦੇ ਆ ਕਿ ਅਮਲ ਸਿਰਫ ਸਿੱਖ ਨੇ ਪ੍ਰਸ਼ਾਦੇ ਦਾ ਰੱਖਣਾ ਅੱਜ ਕੱਲ੍ਹ ਅਮਲ ਕਾਹਦਾ ਹੋ ਗਿਆ ਜੀ ਅਮਲ ਪ੍ਰਸ਼ਾਦੇ ਦਾ ਰੱਖਣਾ ਬਸ ਸਿੱਖ ਨੂੰ ਹੁਕਮ ਆ ਸਤਿਗੁਰ ਦਾ ਅਮਲ ਪ੍ਰਸ਼ਾਦੇ ਦਾ ਰੱਖਣਾ ਖੁਰਾਕ ਅਤੇ ਪੁਸ਼ਾਕ ਸਾਦੀ ਰੱਖਣੀ ਦੋਨੇ ਗੱਲਾਂ ਸਿੱਖ ਦੀ ਪੁਸ਼ਾਕ ਆ ਉਹ ਵੀ ਸਾਦੀ ਹੋਵੇ ਖੁਰਾਕ ਵੀ ਸਾਦੀ ਹੋਵੇ ਅਮਲ ਪ੍ਰਸ਼ਾਦੇ ਦਾ ਹੋਵੇ ਅਤੇ ਸਤਿਗੁਰੂ ਨਾਲ ਨਾਲ ਇੱਕ ਚੇਤਾਵਨੀ ਵੀ ਦਿੰਦੇ ਆ ਜਿਹੜੀ ਅੱਜ ਡਾਕਟਰ ਦਿੰਦੇ ਸਤਿਗੁਰੂ ਅੱਜ ਤੋਂ 300-400 ਸਾਲ ਪਹਿਲਾਂ ਦੇ ਰਿਹਾ ਸਤਿਗੁਰੂ ਕਹਿੰਦੇ ਆ ਕਿ ਭਟਕੀਲੀ ਪੁਸ਼ਾਕ ਅਤੇ ਚਟਕੀਲੀ ਖੁਰਾਕ ਤਨ ਅਤੇ ਮਨ ਨੂੰ ਰੋਗੀ ਬਣਾਉਂਦੀ ਆ ਭਟਕੀਲੀ ਪੁਸ਼ਾਕ ਅਤੇ ਚਟੀਲੀ ਚਟਕੀਲੀ ਖੁਰਾਕ ਚਟਕਿਆਂ ਵਾਲੀ ਚਸਕੇ ਲੈ ਕੇ ਖਾਣ ਵਾਲੀ ਸਿਰਫ ਜ਼ਬਾਨ ਦੇ ਰਸ ਲਈ ਖਾਣ ਵਾਲੀ ਚੱਟ ਚੱਟ ਕੇ ਖਾਣ ਵਾਲੀ ਚਸਕੇ ਲੈ ਕੇ ਖਾਣ ਵਾਲੀ ਆਮ ਤੌਰ 'ਤੇ ਜ਼ਬਾਨ ਦੇ ਰਸ ਲਈ ਖਾਣ ਵਾਲੀ ਕਿ ਅੱਜ ਕੱਲ੍ਹ ਮੈਂ ਨਾ ਪਿੱਛੇ ਸ਼ਾਦੀ ਇੱਕ 'ਤੇ ਸੀਗਾ ਅਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪਕਵਾਨ ਕਿੰਨੇ ਤਰ੍ਹਾਂ ਦੇ ਪਕਵਾਨ ਅਤੇ ਪਰ ਜਿਹੜਾ ਬੰਦਾ ਚੱਕਣ ਵਾਲਾ ਨਾ ਹਾਂਜੀ ਉਹਦੇ 'ਚ ਉਹਨੇ ਚੌਲ ਵੀ 2-3 ਤਰ੍ਹਾਂ ਦੇ ਵੱਖਰੇ ਵੱਖਰੇ ਪਾ ਲਏ ਇੱਕੋ ਪਲੇਟ ਦੇ ਵਿੱਚ ਹੀ ਹਾਂਜੀ ਉਹਨੇ ਉਹਦੇ 'ਚ 2-3 ਤਰ੍ਹਾਂ ਦੀਆਂ ਸਬਜ਼ੀਆਂ ਵੀ ਪਾ ਲਈਆਂ ਔਰ ਉੱਥੇ ਉਹ ਗਜਰੇਲਾ ਵੀ ਖਾ ਰਿਹਾ ਅਤੇ ਨਾਲ ਗੁਲਾਬ ਜਾਮਣ ਵੀ ਖਾ ਲਿਆ ਅਤੇ ਨਾਲ ਨਾਲ ਫਿਰ ਆਈਸਕ੍ਰੀਮ ਵੀ ਖਾ ਲਿਆ ਔਰ ਆਈਸਕ੍ਰੀਮ ਅਤੇ ਗਰਮ ਅਤੇ ਠੰਡਾ ਜੋੜ ਕੇ ਖਾ ਰਿਹਾ ਅਤੇ ਖਾਣ ਵਾਲਾ ਬੰਦਾ ਹੈ ਡਾਕਟਰ ਅਤੇ ਮੈਂ ਦੇਖਿਆ ਮੈਂ ਕਿਹਾ ਡਾਕਟਰ ਜੀ ਇੱਦਾਂ ਦੀ ਖੁਰਾਕ ਹੈ ਯਾਨੀ ਕਿ ਇਹਦਾ ਡਾਕਟਰ ਨੂੰ ਪਤਾ ਤਾਂ ਹੈ ਸਾਰਾ ਕੁਛ ਉਹ ਲੋਕਾਂ ਨੂੰ ਦੱਸਦਾ ਜਾਂ ਕੁਛ ਨਹੀਂ ਖਾਣਾ ਪਰ ਉਹ ਖਾ ਲਿਆ ਆ ਨਾਲ ਨਾਲ ਫਿਰ ਵਿਆਹ 'ਚ ਅੱਜ ਕੱਲ੍ਹ ਮਾਸ ਸ਼ਰਾਬ ਦੋਨੇ ਚੀਜ਼ਾਂ ਚੱਲਣ ਲੱਗ ਪਈਆਂ ਇਹ ਸਾਰਾ ਕੁਛ ਸਾਡੀ ਕਮਿਊਨਿਟੀ ਲਈ ਭਾਈਚਾਰੇ ਲਈ ਵੀ ਨੁਕਸਾਨਦਾਇਕ ਆ ਔਰ ਬੰਦੇ ਦੀ ਸਿਹਤ ਲਈ ਵੀ ਨੁਕਸਾਨਦਾਇਕ ਆ ਕਈਆਂ ਨੂੰ ਗੁੱਸਾ ਲੱਗਦਾ ਇਹਨਾਂ ਗੱਲਾਂ ਦਾ ਇਹ ਮੈਂ ਸਮਾਜ ਜਿੱਦਾਂ ਵਿਚਰਦਾ ਉਹਨੂੰ ਵਿਚਰਨ ਤੋਂ ਨਹੀਂ ਰੋਕ ਰਿਹਾ ਰੋਕਣ ਦੀ ਪਾਇਆ ਵੀ ਨਹੀਂ ਪਰ ਤੁਸੀਂ ਆਪਣੇ ਆਪ ਨੂੰ ਤਾਂ ਸਾਦਾ ਰੱਖ ਸਕਦੇ ਹਾਂ ਆਪਣੀ ਖੁਰਾਕ ਪੁਸ਼ਾਕ ਸਾਰਾ ਕੁਛ ਸਾਦਾ ਰੱਖੋ ਤੁਹਾਡੀ ਸਿਹਤ ਠੀਕ ਰਹੂਗੀ ਭਟਕੀਲੀ ਪੁਸ਼ਾਕ ਚਟਕੀਲੀ ਖੁਰਾਕ ਇਹ ਸਤਿਗੁਰ ਦੇ ਬਚਨ ਰਤਨਾਮਿਆਂ ਵਾਲੇ ਕਿ ਜਿਹੜੀ ਇਹ ਮਨੁੱਖ ਦੀ ਤਨ ਅਤੇ ਮਨ ਦੋਵਾਂ ਦਾ ਨੁਕਸਾਨ ਕਰਦੀ ਇਹ ਤੋਂ ਬਚ ਕੇ ਰਹਿਣਾ ਚਾਹੀਦਾ ਆ ਔਰ ਸਤਿਗੁਰ ਹੋਰ ਕਹਿੰਦੇ ਆ ਕੀ ਕਰਨਾ ਕੀ ਨਹੀਂ ਕਰਨਾ ਸਤਿਗੁਰ ਕਹਿੰਦੇ ਮਨ ਨੀਵਾਂ ਮਤ ਉੱਚੀ ਮਤ ਉੱਚੀ ਰੱਖਣੀ ਆ ਮਨ ਨੀਵਾਂ ਰੱਖਣਾ ਆ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਫੁਰਨੇ ਫੁਰਦੇ ਆ ਮਨ ਦੇ ਵਿੱਚ ਤਾਂ ਬਹੁਤ ਕੁਛ ਫੁਰਦਾ ਕਈ ਵਾਰੀ ਮਨ ਤ੍ਰਿਸ਼ਨਾ ਦੇ ਰੂਪ ਵਿੱਚ ਚੱਲਦਾ ਹੁੰਦਾ ਉਹ ਜਿਹੜੀ ਚੀਜ਼ ਦੇਖਦਾ ਕਹਿੰਦਾ ਮੇਰੀ ਹੋ ਜਾਏ ਹਰ ਚੰਗੀ ਚੀਜ਼ ਦੇਖਣੀ ਮਨ ਨੇ ਕਹਿਣਾ ਮੇਰੀ ਹੋ ਜਾਏ ਉਹਨੇ ਕਹਿਣਾ ਕਿਸੇ ਦੇ ਕੋਲ ਧਨ ਜ਼ਿਆਦਾ ਨਹੀਂ ਮੇਰਾ ਹੋ ਜਾਏ ਕਿਸੇ ਦੇ ਕੋਲ ਕੋਈ ਕਾਰੋਬਾਰ ਜ਼ਿਆਦਾ ਮੇਰਾ ਹੋ ਜਾਏ ਕਿਸੇ ਦੀ ਸ਼ੋਹਰਤ ਜ਼ਿਆਦਾ ਮੇਰੀ ਹੋ ਜਾਏ ਕਿਸੇ ਦਾ ਸੁਹਾਪਣ ਜ਼ਿਆਦਾ ਮੇਰਾ ਹੋ ਜਾਏ ਉਹਨੇ ਮੇਰੀ ਮੇਰੀ ਕਰਨੀ ਮਨ ਦਾ ਸੁਭਾਅ ਆ ਮੇਰੀ ਮੇਰੀ ਕਰਨੀ ਅਤੇ ਸਤਿਗੁਰ ਕਹਿੰਦੇ ਮਨ ਨੂੰ ਨੀਵਾਂ ਰੱਖਣਾ ਉੱਥੇ ਮਤ ਉੱਚੀ ਰੱਖ ਕੇ ਤੁਰਨਾ ਆ ਕਿਉਂਕਿ ਮਤ ਦੇ ਨਾਲ ਲੈਣਾ ਸਾਥ ਵੀ ਨਹੀਂ ਇਹ ਤੇਰਾ ਨਹੀਂ ਜੀ ਜੀ ਸੋ ਇਹ ਜਿਹੜੀ ਗੱਲ ਆ ਮਨ ਨੀਵਾਂ ਮਤ ਉੱਚਾ ਮਨ ਦੇ ਮਗਰ ਰੱਖ ਕੇ ਨਹੀਂ ਤੁਰਨਾ ਮਤ ਉੱਚੀ ਰੱਖਣੀ ਆ ਉਸ ਮਤ ਦੇ ਵਿੱਚ ਮਤ ਸਿਰਫ ਆਪਣੀ ਨਹੀਂ ਉੱਚੀ ਰੱਖਣੀ ਉਸ ਮਤ ਦੇ ਵਿੱਚ ਗੁਰੂ ਦੀ ਮਤ ਵਸੀ ਹੋਣੀ ਗੁਰੂ ਦੇ ਦੱਸੇ ਰਸਤੇ ਚੱਲਣਾ ਗੁਰੂ ਦੀ ਮਤ ਜਿਹੜੀ ਆ ਉੱਚੀ ਰੱਖ ਕੇ ਤੁਰਨੀ ਆ ਆਪਣਾ ਮਨ ਨੀਵਾਂ ਰੱਖ ਕੇ ਤੁਰਨਾ ਆ ਔਰ ਇੱਕ ਗੱਲ ਹੋਰ ਸਤਿਗੁਰੂ ਨੇ ਬੜੀ ਪਿਆਰੀ ਕਹੀ ਕੀ ਕਰਮ ਨਹੀਂ ਕਰਨਾ ਕਹਿੰਦੇ ਪੂਜਾ ਦਾ ਧਾਨ ਨਹੀਂ ਖਾਣਾ ਪੂਜਾ ਦਾ ਧਾਨ ਸਿੱਖ ਨੇ ਖਾਣਾ ਨਹੀਂ ਪਰ ਜੇ ਨਿਰਵਾਹ ਦਾ ਸਾਧਨ ਪੂਜਾ ਆ ਜਿਹਨਾਂ ਦਾ ਕਾਰੋਬਾਰ ਇਹ ਆ ਕੋਈ ਗ੍ਰੰਥੀ ਆ ਕੋਈ ਪਾਠੀ ਆ ਕੋਈ ਰਾਗੀ ਆ ਕੋਈ ਢਾਡੀ ਆ ਜੇ ਕਹਿੰਦੇ ਪੂਜਾ ਦਾ ਧਾਨ ਵੈਸੇ ਸਿੱਖ ਨੇ ਖਾਣਾ ਨਹੀਂ ਪਰ ਜੇ ਨਿਰਵਾਹ ਦਾ ਸਾਧਨ ਇਕੱਲੀ ਪੂਜਾ ਆ ਹੋਰ ਕੋਈ ਕਾਰੋਬਾਰ ਨਹੀਂ ਤਾਂ ਫਿਰ ਜੋ ਕੁਛ ਆਵੇ ਉਹ ਲੰਗਰ ਲਾ ਕੇ ਖਾਣਾ ਆ ਜਿੱਦਾਂ ਸਾਧੂ ਸੰਤ ਕਰਦੇ ਆ ਬਹੁਤ ਸਾਰੇ ਸਾਧੂ ਸੰਤ ਉਹਨਾਂ ਦਾ ਪੂਜਾ ਦਾ ਜਿਹੜੇ ਡੇਰੇ ਪਾ ਕੇ ਬੈਠੇ ਆ
ਉਹਨਾਂ ਦਾ ਜਿਹੜਾ ਸਾਧਨ ਹੋਰ ਕੋਈ ਨਹੀਂ, ਉਹਨਾਂ ਦਾ ਨਿਰਵਾਹ ਦਾ ਸਾਧਨ ਵੀ ਪੂਜਾ ਦਾ ਤਾਂ ਨਹੀਂ ਬਣ ਜਾਂਦਾ ਜੀ ਜੀ। ਤੇ ਉਹ ਕਹਿੰਦੇ ਫਿਰ ਸਤਿਗੁਰੂ ਕਹਿੰਦੇ ਵੀ ਜੇ ਉਦਾਂ ਕਿਤੇ ਬੈਠਣਾ ਪੈ ਜਾਵੇ ਤੇ ਫਿਰ ਬੈਠਣਾ ਹੈਗਾ ਤੇ ਲੰਗਰ ਲਾਉਣਾ ਪਹਿਲਾਂ ਜੀ ਜੀ। ਲੰਗਰ ਲਾ ਕੇ ਤਿੱਥੀ ਸਿੱਖ ਨੂੰ ਸਿਖਾ ਕੇ, ਤਿੱਥੀ ਸਿੱਖ ਦਾ ਮਤਲਬ ਜਿਹੜੀ ਸੰਗਤ ਆਈ ਹੋਈ ਆਈ ਹੋਈ ਹੈ ਹਾਂਜੀ, ਜਿਹੜਾ ਪ੍ਰਾਹੁਣਾ ਆਇਆ ਹੋਵੇ ਤਿੱਥੀ ਹੇਠਕਾ ਸ਼ਬਦ ਆ ਹਾਂਜੀ, ਜਿਹੜਾ ਪ੍ਰਾਹੁਣਾ ਆਇਆ ਹੋਵੇ ਜਿਹੜੀ ਸੰਗਤ ਆਈ ਹੋਈ, ਤਿੱਥੀ ਸਿੱਖ ਨੂੰ ਖਵਾ ਕੇ ਲੋੜਵੰਦਾਂ ਨੂੰ ਵਰਤਾ ਕੇ, ਸਿੱਖ ਨੂੰ ਵੀ ਤੇ ਹੋਰ ਜਿਹੜੇ ਲੋੜਵੰਦ ਆਉਂਦੇ ਉਹਨਾਂ ਨੂੰ ਵਰਤਾ ਕੇ ਆਪ ਬਾਅਦ 'ਚ ਛਕਣਾ ਹੈ। ਜੇ ਤੁਹਾਡਾ ਪੂਜਾ ਦੇ ਧਿਆਨ ਦੇ ਉੱਤੇ ਗੁਜ਼ਾਰਾ ਹੈ ਨਾ ਤੇ ਫਿਰ ਨਾਲ ਏਡੀ ਸੇਵਾ ਵੀ ਕਰਨੀ ਆ, ਨਾਲ ਨਾਲ ਬਾਣੀ ਪੜ੍ਹਨੀ ਵਿਚਾਰਨੀ ਆ ਵੈਸੇ, ਪਰ ਜੇ ਤੁਹਾਡਾ ਗੁਜ਼ਾਰਾ ਪੂਜਾ ਦੇ ਧਿਆਨ ਦੇ ਉੱਤੇ ਨਾਲ ਫਿਰ ਸੇਵਾ ਵੀ ਕਰਨੀ ਤਾਂ ਕਿ ਤੁਹਾਡਾ ਪੂਜਾ ਦਾ ਧਿਆਨ ਸਫਲ ਹੋ ਜਾਵੇ। ਲੰਗਰ ਤਿਆਰ ਕਰਨਾ ਆ, ਸਾਧ ਸੰਗਤ ਨੂੰ ਛਕਾਉਣਾ ਆ, ਤਿੱਥੀ ਸਿੱਖ ਨੂੰ ਛਕਾਉਣਾ ਆ, ਲੋੜਵੰਦਾਂ ਨੂੰ ਛਕਾਉਣਾ ਆ, ਸਾਰਿਆਂ ਨੂੰ ਛਕਾ ਕੇ ਬਾਅਦ 'ਚ ਫਿਰ ਆਪ ਛਕਣਾ। ਅਤੇ ਮੈਂ ਤੁਹਾਨੂੰ ਗੱਲ ਬਿਲਕੁਲ ਦੱਸਦਿਆਂ, ਸੰਤ ਬਾਬਾ ਹਰਬੰਸ ਸਿੰਘ ਦੁਮੇਦੀ ਵਾਲੇ ਹੁੰਦੇ ਸੀ ਜੀ, ਵੈਸਟ ਬੰਗ 'ਚ ਗੁਰਦੁਆਰਾ ਗੁਰੂ ਹਰਿ ਸਾਹਿਬ ਵਿਖੇ ਉਹਨਾਂ ਨੇ ਅਸਥਾਨ ਕਾਇਮ ਕੀਤਾ ਸੀਗਾ। ਉਹ ਸੰਗਤ ਲੰਗਰ ਛਕ ਲੈਂਦੀ ਹੁੰਦੀ ਸੀਗੀ ਜੀ, ਫਿਰ ਲੰਗਰ ਛਕਦੇ ਹੁੰਦੇ ਸੀ, ਜਾਂ ਫਿਰ ਜਿਹੜੇ ਬਾਅਦ 'ਚ ਕਮੇਟੀ ਵੀ ਬੈਠੀ ਹੋਣੀ, ਸਾਰੇ ਬੈਠੇ ਹੋਣ ਟਸਤੀ 'ਤੇ, ਉੱਥੇ ਬੈਠ ਕੇ ਉਹਨਾਂ ਨੇ ਕਹਿਣਾ ਚਲੋ ਇੱਥੇ ਬੈਠ ਕੇ ਲੰਗਰ ਛਕਦੇ ਆ, ਚਲੋ ਤੁਸੀਂ ਵੀ ਨਾਲ ਸਾਡੇ ਛਕੋ ਹਾਂਜੀ। ਅਤੇ ਉਹਨਾਂ ਨੇ ਪ੍ਰਸ਼ਾਦਾ ਛਕਣਾ। ਔਰ ਇਹ ਜਿਹੜੀ ਕਿਸੇ ਦੇ ਜੀਵਨ 'ਚ ਗੱਲ ਆਉਂਦੀ ਆ ਨਾ, ਇਹਦੇ ਪਿੱਛੇ ਜਿਹੜੀਆਂ ਗੌਰਵਸ਼ਾਲੀ ਸਿੱਖ ਪਿਰਤਾਂ ਖੜੀਆਂ ਹੋਈਆਂ, ਉਹ ਸਿੱਖ ਪਿਰਤ ਨੂੰ ਕਾਇਮ ਕਰਦੇ ਸੀ। ਅਤੇ ਮੈਂ ਉਹਨਾਂ ਦੇ ਨੇੜੇ ਬਹਿ ਕੇ ਦੇਖਿਆ ਆ ਗੌਰਵਸ਼ਾਲੀ ਸਿੱਖ ਪਿਰਤਾਂ ਦੀ ਜਿੱਦਾਂ ਉਹਨਾਂ ਨੇ ਕਾਇਮ ਰੱਖੀਆਂ ਬਾਬਾ ਹਰਬੰਸ ਸਿੰਘ ਦੁਮੇਲੀ ਵਾਲਿਆਂ ਨੇ, ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈਗਾ। ਅਤੇ ਬਿਲਕੁਲ ਉਹ ਛਕਾ ਕੇ ਛਕਣ ਵਾਲੀ ਗੱਲ ਜ਼ਿਆਦਾ ਹੁੰਦੀ ਸੀਗੀ, ਜਾਂ ਜੇ ਪ੍ਰਸ਼ਾਦਾ ਕਿਸੇ ਨੇ ਘਰੋਂ ਵੀ ਲੈ ਕੇ ਆਉਣਾ ਉੱਚੇ ਤੌਰ 'ਤੇ ਉਹਨਾਂ ਦੇ ਉੱਤੋਂ, ਅਤੇ ਉਹ ਵੀ ਵੰਡ ਕੇ ਖਾਣਾ ਫਿਰ ਹਾਂਜੀ ਵੰਡ ਕੇ ਖਾਣਾ, ਨਾਲ ਦਿਨ ਜਿਹੜਾ ਬੈਠਾ ਥੋੜ੍ਹਾ ਛਕ ਲਓ, ਛੱਕ ਕੇ ਆਏ ਤਾਂ ਵੀ ਥੋੜ੍ਹਾ ਛਕ ਲਓ ਛਕਾਉਣਾ। ਸੋ ਸਿੱਖ ਨੇ ਜੇ ਪੂਜਾ ਦਾ ਧਾਨ ਛਕਣਾ ਆ, ਜੇ ਸਿੱਖ ਨੇ ਕਿਤੇ ਡੇਰਾ ਪਾ ਕੇ ਬੈਠਣਾ ਆ ਸਿੱਖੀ ਦੇ ਪ੍ਰਚਾਰ ਦੇ ਲਈ, ਜਾਂ ਰਾਗੀ ਦੇ ਢਾਡੀ ਦੇ ਤੌਰ 'ਤੇ, ਗ੍ਰੰਥੀ ਦੇ ਤੌਰ 'ਤੇ, ਪ੍ਰਚਾਰਕ ਦੇ ਤੌਰ 'ਤੇ ਵਿਚਰਨਾ ਆ, ਪੂਜਾ ਨਿਰਵਾਹ ਦਾ ਹੋਰ ਕੋਈ ਸਾਧਨ ਨਹੀਂ, ਜੇ ਪੂਜਾ ਦਾ ਧਾਨ ਲੈਣਾ ਆ ਤਾਂ ਉਹਨੂੰ ਫਿਰ ਉਸ ਚੱਜੇ ਯਤਨ ਨਾਲ ਕਿ ਤੇਰੇ ਘਰ ਦੇ ਵਿੱਚ ਲੰਗਰ ਵੀ ਚੱਲਦਾ ਰਹੇ 24 ਘੰਟੇ, ਜੇ ਘਰ 'ਚ ਬੈਠਾ ਤਾਂ ਵੀ ਲੰਗਰ ਚੱਲਦਾ ਰਹੇ, ਆਇਆ ਗਿਆ ਨੂੰ ਖਵਾ, ਉਹਦੇ ਵਿੱਚੋਂ 20 ਦਾਨ ਕੱਢ ਕੇ ਲਾ, ਇਹ ਜ਼ਰੂਰੀ ਆ ਜੇ ਕਰਨਾ ਪੈ ਜਾਵੇ ਤਾਂ। ਐਸੇ ਸੇਵਾਦਾਰ 'ਤੇ ਸਤਿਗੁਰੂ ਕਹਿੰਦੇ ਮੇਰੀ ਖੁਸ਼ੀ ਆ। ਇੱਕ ਸਤਿਗੁਰੂ ਹੋਰ ਬੜੀ ਗੱਲ ਕਹਿੰਦੇ ਆ, ਸਤਿਗੁਰੂ ਦੇ ਬਾਣੀ ਵਿਚਣੀ ਨਹੀਂ, ਕਿਉਂਕਿ ਬਾਣੀ ਅਮੁੱਲ ਆ, ਵਿਚਣੀ ਕਿਉਂ ਨਹੀਂ, ਬਾਣੀ ਅਮੁੱਲ ਆ, ਅਮੋਲ ਆ, ਇਹਦਾ ਮੁੱਲ ਹੀ ਕੋਈ ਨਹੀਂ ਹੈਗਾ, ਤੁਸੀਂ ਵੇਚੋਗੇ ਤਾਂ ਕਿਸ ਭਾਅ ਵੇਚ ਦਿਓਗੇ। ਔਰ ਬਾਣੀ ਵੇਚਣ ਜਿਹੜੀ ਆ ਨਾ, ਇਹਦੇ ਪਿੱਛੇ ਇਹ ਨਹੀਂ ਕਿ ਤੁਸੀਂ ਬਾਣੀ ਦੇ ਸ਼ਬਦ ਨਹੀਂ ਪੜ੍ਹਨੇ, ਬਾਣੀ ਦੇ ਸ਼ਬਦ ਪੜ੍ਹਦਿਆਂ ਕਿਸੇ ਨੇ 1 ਪਾਉਂਡ 2 ਪਾਉਂਡ 10 ਪਾਉਂਡ 5 ਪਾਉਂਡ 20 ਪਾਉਂਡ 50 ਪਾਉਂਡ ਰੱਖ ਦਿੱਤੇ ਆ, ਉਹ ਬਾਣੀ ਵੇਚਣ ਵਾਲੀ ਗੱਲ ਨਹੀਂ ਜੀ ਜੀ, ਉਹਨੂੰ ਇੱਦਾਂ ਨਾ ਸਮਝੋ ਵੇਚਣ ਵਾਲੀ ਗੱਲ, ਬਾਣੀ ਵੇਚਣ ਵਾਲੀ ਗੱਲ ਇਹ ਆ, ਕਈ ਲੋਕ ਧਰਮ ਦੇ ਨਾਂ ਦੇ ਉੱਤੇ ਡੇਰੇ ਖੋਲ ਕੇ ਉਹ ਬਾਣੀ ਦਾ ਸ਼ਬਦ ਲਿਖ ਕੇ ਤਬੀਜ਼ 'ਚ ਪਾ ਕੇ ਦੇ ਦਿੰਦੇ ਹੁੰਦੇ ਸੀ, ਆਹ ਲੈ ਜੀ 101 ਦਾ ਤਬੀਜ਼ ਦਿੱਤਾ ਤੈਨੂੰ ਮੈਂ, ਉਹ ਬਾਣੀ ਵੇਚਣ ਵਾਲੀ ਗੱਲ ਹੁੰਦੀ ਆ। ਬਾਣੀ ਵੇਚਣੀ ਨਹੀਂ ਪਰ ਬਾਣੀ ਵੰਡਣੀ ਜ਼ਰੂਰ ਆ, ਜਿਹੜੀ ਉਹ ਕੀਰਤਨ ਕਰਨਾ ਆ, ਰਾਗੀ ਢਾਡੀ ਬਣ ਕੇ, ਗ੍ਰੰਥੀ ਬਣ ਕੇ ਬਾਣੀ ਪੜ੍ਹਨੀ ਆ, ਸਹਿਜ ਪਾਠ ਕਰਨੇ ਆ, ਸਿਮਰਨ ਕਰਾਉਣਾ ਆ, ਇਹ ਸਾਰਾ ਕੁਛ ਇਹ ਬਾਣੀ ਵੇਚਣਾ ਨਹੀਂ, ਬਾਣੀ ਵੰਡਣਾ ਆ। ਸਤਿਗੁਰੂ ਕਹਿੰਦੇ ਬਾਣੀ ਵੰਡਣੀ ਤਾਂ ਹੈ ਸਿੱਖ ਨੇ ਜੀ, ਸਿੱਖ ਦਾ ਸਭ ਤੋਂ ਵੱਡਾ ਕਰਮ ਹੈ ਉਹ ਬਾਣੀ ਵੰਡੇ, ਪਰ ਬਾਣੀ ਵੇਚਣੀ ਨਹੀਂ, ਵੇਚਣੀ ਉਹ ਆ ਜਿਹੜੀ ਤਬੀਜ਼ 'ਚ ਜੋੜ ਕੇ ਦੇ ਦਿੰਦੇ ਹੁੰਦੇ ਸੀ, ਅਤੇ ਉਹ ਬਹੁਤ ਲੋਕ ਦਿੰਦੇ ਹੁੰਦੇ ਸੀਗੇ ਜੀ, ਉਹ ਨਹੀਂ ਕਰਨਾ ਸਿੱਖ ਨੇ ਕਦੀ, ਉਹ ਕਰਮ ਨਹੀਂ ਕਰਨਾ ਸਿੱਖ ਨੇ, ਬਾਣੀ ਵੇਚਣੀ ਨਹੀਂ ਗੀ ਕਿਉਂਕਿ ਬਾਣੀ ਦਾ ਮੁੱਲ ਹੀ ਕੋਈ ਨਹੀਂ, ਪਰ ਬਾਣੀ ਵੰਡਣੀ ਆ। ਔਰ ਬਾਣੀ ਵੰਡਣ ਵਾਲੇ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਆ, ਬਹੁਤ ਅਪਾਰ ਕਿਰਪਾ ਹੁੰਦੀ, ਸਤਿਗੁਰੂ 'ਤੇ ਬੜਾ ਖੁਸ਼ ਹੁੰਦਾ। ਇਹ ਵੀ ਸਤਿਗੁਰੂ ਨੇ ਕਿਹਾ ਅਤੇ ਨਾਲ ਗੁਰਬਾਣੀ ਨਾ, ਇਕੱਲੀ ਗੁਰੂ ਗੋਬਿੰਦ ਸਿੰਘ ਦੀ ਗੱਲ ਨਹੀਂ, ਮੈਨੂੰ ਗੁਰਬਾਣੀ ਦੀ ਪੰਕਤੀ ਗੁਰੂ ਅਰਜਨ ਦੇਵ 5ਵੇਂ ਪਾਤਸ਼ਾਹ ਦੀ ਯਾਦ ਆ ਗਈ ਨਾ, ਇਹ ਗੌੜੀ ਰਾਗ 'ਚ ਗੁਰੂ ਅਰਜਨ ਦੇਵ ਦਾ ਸ਼ਬਦ ਹੈ, ਹਾਂਜੀ ਅੰਗ ਹੈ ਗੁਰੂ ਗ੍ਰੰਥ ਸਾਹਿਬ ਦਾ, ਗੌੜੀ ਦਾਗ ਸ਼ੁਰੂ ਹੀ ਹੁੰਦਾ ਹੈ ਉੱਥੇ ਹੈਗਾ, ਇਹ ਗੌੜੀ ਦਾਗ ਸ਼ਬਦ ਆ, ਅੰਗ ਮੈਨੂੰ ਵਿਸਰ ਗਿਆ। ਖਾਵੈ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ, ਕਿ ਗੁਰਬਾਣੀ ਜਿਹੜੀ ਆ ਉਹ ਵੰਡਣੀ ਆ, ਇਹ ਕਿਸਾਨਾਂ ਇਹੋ ਜਿਹਾ ਆ ਕਿ ਇਹਨੂੰ ਸ਼ਬਦ ਉਹੀ ਆ ਗੁਰੂ ਅਰਜਨ ਦੇਵ ਦਾ, ਜਿੱਥੇ ਉਹਨਾਂ ਨੇ ਕਿਹਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤੋ ਮੇਰੇ ਮਨ ਭਿਆ ਨਦਾਨਾ, ਉਹਦੀਆਂ ਹੀ ਪੰਕਤੀਆਂ ਉਸ ਸ਼ਬਦ ਵਿੱਚੋਂ ਹੀ ਆ, ਖਾਵੈ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧੋ ਜਾਈ। ਜੇ ਗੁਰਬਾਣੀ ਦਾ ਖਜ਼ਾਨਾ ਕਿਸੇ ਨੂੰ ਮਿਲ ਗਿਆ, ਜਿਹਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪਈ, ਜਿਹਨੂੰ ਇਤਿਹਾਸ ਦੀ ਸਮਝ ਆਉਣ ਲੱਗ ਪਈ ਆ, ਤਾਂ ਫਿਰ ਫਰਜ਼ ਬਣ ਜਾਂਦਾ ਉਹਨੂੰ ਵੰਡਣਾ ਆ, ਪਰ ਵੇਚਣਾ ਨਹੀਂ ਜੀ ਜੀ, ਉਹਨੂੰ ਵੰਡਣਾ ਆ। ਜਿਹੜਾ ਵੰਡ ਕੇ ਤੁਰੇਗਾ ਅਤੇ ਸਤਿਗੁਰ ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ ਉਹਨੂੰ ਵੰਡਣ ਲੱਗੇਗਾ, ਫਿਰ ਤੋੜ ਨਾ ਆਵੇ ਵੱਧੋ ਜਾਈ, ਤੋੜ ਤੇਰੇ ਕੋਲ ਵੀ ਨਹੀਂ ਆਉਣੀ, ਉਹ ਵੱਧਦਾ ਹੀ ਜਾਣਾ ਆ, ਉਹ ਵੱਧਦਾ ਹੀ ਜਾਣਾ ਆ, ਉਹ ਵੱਧਦਾ ਹੀ ਜਾਣਾ ਆ।
और जिदा जिदा मंडी जाएगा उदा दा वधी जाना। ये भी सतगुरु ने आदेश दिए आ रागियां ढाडियां प्रचारकों लिए आदेश आ वंडन वाली प्रतिनिधि आप रखनी आ ਤਾਂ ਕਿ ਗੁਰਬਾਣੀ ਫੈਲ ਸਕੇ ਔਰ ਸਾਡੇ 'ਚ ਬੜੀਆਂ ਕਮੀਆਂ ਸਾਡੇ ਤੋਂ ਵੰਡੀ ਨਹੀਂ ਗਈ ਜੀ ਜੀ ਸਤਿਗੁਰੂ ਕਿਰਪਾ ਕਰੇ ਮੈਂ ਖਤਮ ਹੋ ਗਿਆ ਹਾਂਜੀ ਬਿਲਕੁਲ ਜੀ ਕਿਉਂਕਿ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਸਾਡੇ ਲਈ ਪੂਰਨੇ ਪਾਏ ਸੀ ਉਹਨਾਂ 'ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਾਂਗੇ ਕਾਮਯਾਬ ਜ਼ਰੂਰ ਹੋਵਾਂਗੇ ਕਿਉਂਕਿ ਹਜੇ ਵੀ ਕੁਛ ਨਹੀਂ ਵਿਗੜਿਆ ਜਿਹੜੇ ਸਤਿਗੁਰੂ ਜੀ ਦੇ ਨਸੀਹਤਾਂ ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਢਾਲ ਲਈਏ ਤਾਂ ਬਿਲਕੁਲ ਜੀ ਖਾਲਸਾ ਹੀ ਰਾਜ ਜ਼ਰੂਰ ਫਿਰ ਦੁਬਾਰਾ ਜਿਹੜਾ ਇੱਕ ਵਾਰੀ ਕਾਇਮ ਹੋ ਸਕਦਾ ਪ੍ਰੋਗਰਾਮ ਕਰਦੇ ਹਾਂ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਕੋਸ਼ਿਸ਼ ਤਾਂ ਇਹੀ ਕਰੀਦੀ ਹੈ ਕਿ ਸਤਿਗੁਰੂ ਜੀ ਦੇ ਨਿਰੋਲ ਵਿਚਾਰਿਆ ਉਹੀ ਉਹੀ ਜਿਹੜੇ ਆ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੇ ਜਾਣ ਇੱਥੇ ਫਤਿਹ ਬੁਲਾਉਂਦੇ ਹਾਂ ਜਿੱਥੇ ਐਪੀਸੋਡ ਜੀ ਦੀ ਸਮਾਪਤੀ ਕੀਤੀ ਉੱਥੇ ਸ਼ੁਰੂਆਤ ਕਰਾਂਗੇ ਸਾਰਿਆਂ ਨੂੰ ਅਸੀਂ ਇੱਥੇ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।